अपनी गड्डी है जी, इतने पंप ते आपां राती सुते आ। हाँ जी दोस्तों, गुड मॉर्निंग जी, की हाल है? ठीक ठाक। हाँ जी जी, आप राती जड़ा ना हायल तो थोड़ा सारा बाहर निकल गए तो सौ गए हजे, यानी हायल दे विच ही आ। तो हूँ आप निकलन लगे इतों, वेखा राह कित नाश्ता आया करके तो फिर आप निकलेंगे। तो इस टाइम आप हायल ही हाँ, तो चल पंप मैं दिखाने एक मिनट जिसे आप राती सुते हैं। हाँ जी जी बाबा जी, आप निकल आए जी हायल तो, अगे पोलों दे घूम के आप सकाकेर में जाना। इलाका सारा इधर सहरा है जी, तो मैं पता सकाके तक ना कोई पंप है तो ना ही कोई होटल है। तकरीबन 350-300 किलोमीटर है, 260 किलोमीटर, कोई पंप नहीं तो कोई सरकार होटल नहीं। वेखांगे जे आपां नूं होटल मिले तो आपां नाश्ता करांगे, क्योंकि लोकेशन ते वेने हां वे, तो कोई पंप शंप नहीं नज़र आ रहे सानूं ते ना ही होटल। इस रोड ते आपां थल्ले चलांगे घूमांगे सकाके। हाँ जी बाबा जी, आप हायल तो निकले तकरीबन कोई 50 किलोमीटर आ गए, लेकिन इलाका सारा सहरा ही है। ट्रेन चेक करो जी, नाश्ता भी नहीं किया, तो टाइम जरा 10:30 का हो गया। पंप आए तो पता करने जो कि शायद लग गई बगले च, बंदे बंदे ड्रम श्रम पे अगे, लेकिन आप गए अंदर से इतने तो कोई शाय नहीं जी। हाँ जी जी बाबा जी, पंप तो आप खलोते हैं, कोई होटल शोटल नहीं, सब कुछ ही बंद है। सरकार मस्जिद यही खुली है, मस्जिद भी खुली है, नाल वाशरूम भी खुले ने, बाकी सारा कुछ बंद है। ना कोई तेल शेल कोई शाय नहीं जी। ठीक है देख, हर शाय बंद ही पी है, पता नहीं क्यों पंप त्यों जो है नवा, पता नहीं चालू नहीं होया कि हिसाब किताब, सब कुछ बंद है। आप इतने खलोते हैं थोड़ा, मैं जरा लत्तां लुत्तां सैट कर ली है, साधूर जरा जाना ही वाशरूम हो गए ने, आते ने फिर निकलने, बाकी सफर अपना थोड़ा ही रह गया। आते ने हूँ उन्होंने बिठाने सीट पर तो फिर निकल। हाँ जी जी बाबा जी, आप निकल आए हैं पंप तो, मामूरी आ गए हम, उतना बिठाने लगा हाँ,
ਲੇਕਿਨ ਇਹਦੇ ਕੋਲ ਲਾਇਸੈਂਸ ਨਹੀਂ ਯਾਰ ਮਾਰਾ ਮਖਾਲ ਬਣਾਈ ਮੁੰਡੇ ਨੂੰ ਰਾਤ ਕੀ ਖਾਲੀ ਹੈ ਲੇਕਿਨ ਕਿਤੇ ਕਿਤੇ ਖਲੋਤੇ ਹੈ ਪਤਾ ਨਹੀਂ ਚੱਲਦਾ ਕਿਹੜੇ ਟਾਈਮ ਨਿਕਲ ਆਉਂਦੇ ਹੈ ਰਾਂਦੇ ਹੁੰਦੇ ਜ਼ਰਾ ਦੂਰ ਪਤਾ ਲੱਗ ਜਾਂਦਾ ਕਿ ਵਾਕਈ ਹੈ ਖਲੋਤਾ ਹੈ ਫਿਰ ਦਿਨੇ ਨਹੀਂ ਪਤਾ ਚੱਲਦਾ ਦਿਨੇ ਜਿੱਧਰ ਮਰਜ਼ੀ ਨਿਕਲ ਆਉਂਦੇ ਸਪੀਡ ਲਈ ਜੀ ਜੀ ਠੀਕ ਹੈ ਜੀ ਛੋਟੀ ਗੱਡੀ ਜੀ 134 ਦਾਨੇ ਦੀ 80 ਡੇਰਾ ਬਣਾਇਆ ਪੂਰਾ ਕਿਸੇ ਨੇ ਡੇਰਾ ਖਜੂਰਾਂ ਦੇ ਬਾਗ ਚੌਧਰੀ ਪੂਰੀ ਛਾਂ ਹੋਈ ਪਈ ਹੈ ਥੱਲੇ ਦਿਲ ਕਰਦੇ ਮੰਜੀ ਡਾਹ ਕੇ ਨਾ ਅਤੇ ਇੱਥੇ ਸੌਂਗੀ ਬਸ ਇੱਥੇ ਹੀ ਸੌਂ ਗਈ ਪੂਰਾ ਮਾਹੌਲ ਬਣੇ ਆ ਪੂਰਾ ਪਿੰਡ ਟਾਈਪ ਮਾਹੌਲ ਹੈ ਨਹੀਂ ਇੰਨੀ ਗਰਮੀ ਹੈ ਨਹੀਂ ਇੱਥੇ ਠੀਕ ਜਿੰਨੀ ਜਿੰਨੀ ਉੱਧਰ ਪੈਂਦੀ ਹੈ ਨਾ ਰਿਆਸ ਇੱਥੇ ਹਰਿਆਲੀ ਹੈ ਨਾ ਜਿਹਦੀ ਵਜ੍ਹਾ ਤੋਂ ਇੰਨੀ ਗਰਮੀ ਹੈ ਨਹੀਂ ਗਈ ਹਾਂਜੀ ਜੀ ਪਹੁੰਚ ਗਏ ਜੀ ਬਾਬਾ ਜੀ ਹਾਇਲ ਸ਼ੀਸ਼ਾ ਸ਼ੀਸ਼ਾ ਪਹੁੰਚ ਗਏ ਆਪਾਂ ਹਾਇਲ ਸਰਕਾਰ ਅਤੇ ਹੋਟਲ ਸ਼ੋਟਲ ਆਪਾਂ ਨੂੰ ਰਾਹ 'ਚ ਕਿਤੇ ਵੀ ਨਹੀਂ ਜੇ ਲੱਭਾ ਹਿਸਾਬ ਲਾ ਲਓ 12:30 ਹੋ ਗਏ ਅਤੇ ਹਜੇ ਤੱਕ ਨਾਸ਼ਤਾ ਵੀ ਨਹੀਂ ਕੀਤਾ ਆਹ ਬੰਦਾ ਨਾ ਕਸਟਮਰ ਦੀ ਕਾਲ ਵੀ ਆ ਗਈ ਜਿਹਦੇ ਕੋਲ ਪਹੁੰਚ ਗਏ ਸਕਾਕਾ ਜੀ ਸਕਾਕਾ ਪੁਰਾਣੇ ਘਰ ਆਈਏ ਵੀ ਇੱਥੇ ਹੈ ਜੀ ਪਹੁੰਚ ਗਏ ਹਾਂ ਜੀ ਆਪਾਂ ਕਸਟਮਰ ਦੇ ਘਰ ਇੱਥੇ ਲਗਾਉਂਦੇ ਹਾਂ ਸਮਾਨ ਲੱਗ ਫਿਰ ਮਿਲਦੇ ਹਾਂ ਘਰ ਪਹੁੰਚ ਗਏ ਲਓ ਜੀ ਆ ਗੱਡੀ ਦੇ ਮਗਰ ਹਾਂਜੀ ਬਾਬਾ ਜੀ ਆਪਾਂ ਖਲੋਤੇ ਹਾਂ ਉਹ ਦੇਖੋ ਸਾਹਮਣੇ ਚੌਧਰੀ ਖਜੂਰਾਂ ਲਾਉਣ ਤੁਰ ਗਿਆ ਸੀ ਜੀ ਸਾਰੀਆਂ ਖਜੂਰੀ ਲੱਗੀਆਂ ਹਾਂਜੀ ਬਾਬਾ ਜੀ ਆਪਾਂ ਪਹਿਲੇ ਕਸਟਮਰ ਦਾ ਲਾਂ ਆ ਸਕਾਕੇ ਵਾਲੇ ਦਾ ਉਹਦੇ ਆ ਸੋਫੇ ਨੇ ਤੇ ਹੁਣ ਦੂਸਰੇ ਵਾਲਾ ਆਪਾਂ ਜਾ ਰਹੇ ਹਾਂ ਸਕਾਕੇ 'ਚ ਵੀ 2 ਕਸਟਮਰ ਹਨ ਹਾਇਲ 'ਚ ਵੀ 2 ਹਨ ਸਕਾਕੇ 'ਚ ਵੀ 2 ਨੇ ਇਸ ਤੋਂ ਬਾਅਦ ਅੱਗੇ ਜਿਹੜਾ ਦੂਸਰਾ ਸ਼ਹਿਰ ਹੈ ਉੱਥੋਂ ਦਾ ਇੱਕ ਉਹ ਸ਼ਹਿਰ ਜੋਰਦਨ ਦੇ ਕੋਲ ਹੈ ਇਸਰਾਈਲ ਦੀ ਬਾਰਡਰ ਦੇ ਕੋਲ ਉੱਥੇ ਆਪਾਂ ਚੱਲਾਂਗੇ ਇੱਦਾਂ ਲਾ ਕੇ ਤੋਂ ਹੈ ਤਕਰੀਬਨ 400 ਕਿਲੋਮੀਟਰ ਅਤੇ ਇਹਦੀ 6 ਮਿੰਟਾਂ ਦੀ ਲੋਕੇਸ਼ਨ ਰਹਿ ਗਈ ਇਹਦਾ ਲਾ ਕੇ ਫਿਰ ਨਿਕਲਨੇ ਆ ਇਹ ਮੇਰੇ ਖਿਆਲ ਨਾਲ ਕਿਤੇ ਹਾਂਜੀ ਇਕੱਲੀ ਘਰ ਹੋਣਾ ਜਿੱਥੇ ਲਾਉਣਾ ਦੇਖਦੇ ਹੋ ਇਹ ਵੀ ਕਿਸੇ ਨੇ ਘਰ ਬਣਾਇਆ ਜਿਹੜੇ ਲੋਕਲ ਲਈ ਬਾਕੀ ਜੰਗਲ ਹੀ ਜੰਗਲ ਜੀ ਖਜੂਰਾਂ ਖਾਈ ਜਾਣ ਡੇ ਸੁਬਹਾ ਸੁਬਹਾ ਨਾਸ਼ਤੇ ਖਜੂਰਾਂ ਦਾ ਕਰਾਇਆ ਇਹਨਾਂ ਸਭ ਹਾਂ ਰੋਟੀ ਛੋਟੀ ਆਪਾਂ ਕੋਈ ਨਹੀਂ ਖਾਧੀ ਖਜੂਰਾਂ ਹੀ ਖਾਣ ਡੇ ਹਾਂ ਬਾਬਾ
ਹਾਂਜੀ ਬਾਬਾ ਜੀ ਆਪਾਂ ਪਹੁੰਚ ਗਏ ਹਾਂ ਦੂਸਰੇ ਕਸਟਮਰ ਕੋਲ ਇਹ ਦੂਸਰਾ ਕਸਟਮਰ ਇਹ ਕਾਰ ਜੀ ਉਹਦਾ ਅਤੇ ਇੱਥੋਂ ਦੀ ਆਪਾਂ ਗੱਡੀ ਅੰਦਰ ਵੜਾਂਗੇ ਜੇ ਬੂਹਾ ਖੋਲ੍ਹੇਗਾ ਵੇਖ ਲਓ ਕੋਈ ਸ਼ੈ ਨਹੀਂ ਜੀ ਇੱਥੇ ਕਦਾਲ ਇਹ ਇਕੱਲਾ ਹੀ ਇੱਥੇ ਰਹਿਣ ਦੇ ਪੈ ਜੇ ਠੀਕ ਹੈ ਇੱਕ ਸੋਫਾ ਇਹਦਾ ਅਤੇ ਇਹਨੇ ਸਾਨੂੰ ਵਾਹਤ ਪਾਇਆ ਰਾਤ ਦਾ ਠੀਕ ਹੈ ਜੀ ਇੱਥੋਂ ਗੱਡੀ ਅੰਦਰ ਵੜੇਗੀ ਤਾਂ ਫਿਰ ਪਤਾ ਲੱਗੇਗਾ ਕਾਰ ਕਿਹੜਾ ਇਹਦਾ ਇਹ ਦੇਖ ਲਓ ਜੀ ਕੋਈ ਸ਼ੈ ਨਹੀਂ ਜੀ ਇੱਥੇ ਉਹ ਪਤਾ ਨਹੀਂ ਕੀ ਹਿਸਾਬ ਕਿਤਾਬ ਕੋਈ ਡੇਰਾ ਟੈਪ ਲੱਗ ਰਿਹਾ ਮੈਨੂੰ ਉਹ ਜੀ ਆਪਾਂ ਲਾਇਆ ਜੀ ਅੰਦਰ ਭਾਅ ਜੀ ਅੰਦਰ ਆਪਾਂ ਵੀਡੀਓ ਸ਼ੀਡੀਓ ਨਹੀਂ ਬਣਾਈ ਕਿਉਂਕਿ ਉਹ ਤੁਹਾਨੂੰ ਪਤਾ ਇਹਨਾਂ ਦਾ ਫਿਰ ਅਤੇ ਲਾ ਕੇ ਤਾਂ ਭਾਅ ਜੀ ਹੁਣ ਆਪਾਂ ਨਿਕਲ ਆਏ ਹਾਂ ਅਤੇ ਹੁਣ ਚੱਲੇ ਹਾਂ ਇੱਥੋਂ ਉਰਦਨ ਦੀ ਬਾਰਡਰ 'ਤੇ ਸਰਕਾਰ ਇਸਰਾਈਲ ਦੀ ਬਾਰਡਰ 'ਤੇ ਲਬਨਾਨ ਵੀ ਲੱਗਦਾ ਜੋਰਦਨ ਵੀ ਲੱਗਦਾ ਸੀਰੀਆ ਵੀ ਲੱਗਦਾ ਇਸਰਾਈਲ ਵੀ ਲੱਗਦਾ ਅਤੇ ਮਿਸਰ ਵੀ ਲੱਗਦਾ ਉੱਥੇ ਬਾਰਡਰ ਨੂੰ ਠੀਕ ਹੈ ਇੱਥੋਂ 400 ਕਿਲੋਮੀਟਰ ਆਪਣਾ ਸਫ਼ਰ ਆਹ ਦੇਖ ਰਹੇ ਹੋਣੇ ਤੁਸੀਂ ਗੂਗਲ ਮੈਪ 'ਤੇ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਥੇ ਠੀਕ ਹੈ ਜੀ ਪਹੁੰਚੇ ਹਾਂ ਹੋਟਲ 'ਤੇ ਅਤੇ ਹੋਟਲ ਆ ਗਏ ਇੱਥੋਂ ਆਪਾਂ ਰੋਟੀ ਖਾ ਕੇ ਅਤੇ ਫਿਰ ਨਿਕਲਣੇ ਪੈਂਦੇ ਅੰਦਰ ਕੀ ਪੱਕਾ ਹਾਂਜੀ ਦੋਸਤੋ ਕਿੱਦਾਂ ਜੀ ਰੋਟੀ ਛੋਟੀ ਖਾ ਕੇ ਆਪਾਂ ਨਿਕਲੇ ਹਾਂ ਅਤੇ ਸੌਂ ਗਿਆ ਹਾਂ ਮੈਂ ਮੈਨੂੰ ਨੀਂਦਰ ਬਹੁਤ ਆਈ ਸੀ ਅਤੇ ਇਹ ਜਿਹੜਾ ਸਾਥ ਗੱਡੀ ਚਲਾਉਣ ਲੱਗ ਪਿਆ ਸੀ ਠੀਕ ਹੈ ਤਾਂ ਆਪਾਂ ਨਿਕਲੇ ਇੱਥੇ ਆਏ ਹਾਂ ਵੇਖੋ ਪੰਪ ਦੇ ਉੱਤੇ ਗੱਡੀ ਟਰੈਕਟਰ ਜਿਹੜੇ ਨੇ ਸਰਕਾਰ ਤੇਲ ਪਵਾ ਰਹੇ ਨੇ ਇੱਧਰ ਤਾਂ ਹੈ ਵੀ ਉਹੀ ਮਾਹੌਲ ਦੇ ਟਰੈਕਟਰ 'ਚ ਤੇਲ ਪੈ ਰਹੇ ਆ ਡੀਜ਼ਲ ਡੀਜ਼ਲ ਪਵਾ ਕੇ ਨਿਕਲਦਾ ਫਿਰ ਆਪਾਂ ਉਹ ਇੱਕ ਖਲੋਤਾ ਜਿਹਾ ਵੇਖੋ ਡੀਜ਼ਲ ਆਪਾਂ ਪਵਾ ਕੇ ਨਿਕਲ ਆਏ ਹਾਂ ਦੇਖੋ ਟਰੈਕਟਰਾਂ ਦੇ ਵਰਸ਼ ਹਰ ਪਾਸੇ 'ਚ ਟਰੈਕਟਰ ਹੀ ਖਲੋਤੇ ਨੇ ਗੱਡੀਆਂ ਖਲੋਤੀਆਂ ਮਹਾਰਾਜ ਉਰੇ ਪਿੰਡ ਟੈਪ ਸਾਰਾ ਸਾਰਿਆਂ ਲੋਕਾਂ ਨੇ ਟਰੈਕਟਰ ਰੱਖੇ ਆ ਅਤੇ ਬੰਦੇ ਰੱਖੇ ਆ ਅੱਜ ਨੇ ਵੀ ਪਾਕਿਸਤਾਨੀ ਮਸਰੀ ਅੰਜ ਦੇ ਉਹ ਚਲਾਉਂਦੇ ਨੇ ਸਰਕਾਰ ਪੈਲੀਆਂ ਮੰਡੇ ਅਤੇ ਸਰਕਾਰ ਸਾਡੇ ਉੱਥੇ ਜਿਹੜੀਆਂ ਪੈਲੀਆਂ ਹੁੰਦੀਆਂ ਉਹ 'ਚ ਨੁਕਰੀਆਂ ਹੁੰਦੀਆਂ ਨਾ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਨਾ ਪੈਲੀਆਂ 'ਤੇ ਮੈਂ ਮਾਨਣਾ ਇੱਥੇ ਕਿਤੇ ਜੇ ਲੱਭੀ ਮੈਨੂੰ ਉਹ ਗੋਲ ਹੁੰਦੀਆਂ ਗੋਲ ਸਰਕਾਰ ਗੋਲ ਪੈਲੀਆਂ ਹੁੰਦੀਆਂ ਡੈਨੇ ਦੀ ਇੱਥੇ ਵੀ 80 ਦੀ ਸਪੀਡ ਜੇ ਅਤੇ ਕਾਰ ਦੀ 120 ਇਸ ਰੋਡ 'ਤੇ ਇਹ ਸਿੱਧਾ ਬਾਰਡਰ 'ਤੇ ਜਾਂਦਾ ਰੋਡ ਜਿਹੜਾ ਸਿੱਧਾ ਬਾਰਡਰ 'ਤੇ ਜਾਂਦਾ ਬਾਕੀ 200 ਕਿਲੋਮੀਟਰ ਆਪਣਾ ਸਫ਼ਰ ਰਹਿ ਗਿਆ ਫਿਰ ਆਪਾਂ ਨੇ ਪਹੁੰਚ ਜਾਵਾਂਗੇ ਉੱਥੇ ਪਾਣੀ ਲੱਗਣ ਡਿਆ ਸੀ ਪੈਲੀ ਨੂੰ ਸਰਕਾਰ ਆ ਵੇਖ ਦਿਓ ਘਾਹ ਸਾਰਾ ਇੱਧਰ ਹੀ ਜਾਂਦਾ ਜੀ ਅੱਗੇ ਟੂ ਬਣਾ ਕੇ ਰੱਖੇ ਨੇ ਅਤੇ ਸਰਕਾਰ ਟਰਾਲਿਆਂ 'ਤੇ ਲੋਡ ਹੋਣਾ ਅੱਜ ਅਤੇ ਰਿਆ ਦੇ ਹੀ ਜਾਂਦਾ ਜੀ ਇੱਥੇ ਘਾਹ ਜਿੰਨਾ ਵੀ ਹੈ ਨਾ ਸਾਰਾ ਇਸ ਸਾਈਡ 'ਤੇ ਜਾਂਦਾ ਜੀ ਵੇਖ ਦਿਓ ਫਿਰ ਕਿਵੇਂ ਉਹਨਾਂ ਗੱਟੂ ਬਣਾ ਰੱਖੇ ਉਸ ਦਿਨ ਰਹਿ ਗਿਆ ਜੀ 168 ਕਿਲੋਮੀਟਰ ਸਰਕਾਰ ਸਫ਼ਰ ਆਪਣਾ ਰਹਿ ਗਿਆ ਅਤੇ 70 ਕਿਲੋਮੀਟਰ ਠੀਕ ਹੈ ਜੀ ਆਪਾਂ ਜਾ ਰਹੇ ਹਾਂ 100 ਦੀ ਸਪੀਡ ਆਪਾਂ ਕਰ ਲਈਏ ਲੇਟ ਹੋ ਗਏ ਹਾਂ ਅਤੇ ਸਰਕਾਰ ਲਾ ਗਿਆ ਆਪਾਂ ਅਤੇ ਵਾਪਸ ਇਨਸ਼ਾਅੱਲਾ ਨਿਕਲ ਆਉਣਾ ਲਾਉਂਦੇ ਹਾਂ ਸਾਰੀ ਵਾਪਸ ਨਿਕਲ ਆਉਣਾ ਕੱਲ੍ਹ ਸ਼ਾਮ ਨੂੰ ਆਪਾਂ ਜਿਹੜਾ ਨਾ ਇਨਸ਼ਾਅੱਲਾ ਰਿਆਸ ਪਹੁੰਚਣਾ ਕੱਲ੍ਹ ਸ਼ਾਮ ਤੱਕ ਸਰਕਾਰ ਰਹਿ ਗਿਆ ਜੇ 1 ਮਿੰਟ ਉਰਦਨ ਕਿੰਨਾ ਉਰਦਨ ਇੱਥੋਂ ਉਰਦਨ ਸਰਕਾਰ ਰਹਿ ਗਿਆ ਜੇ 103 ਕਿਲੋਮੀਟਰ ਉਰਦਨ 103 ਕਿਲੋਮੀਟਰ ਰਹਿ ਗਿਆ ਅਤੇ ਜਿੱਥੇ ਆਪਾਂ ਜਾਣਾ 70 ਕਿਲੋਮੀਟਰ ਆਪਾਂ ਲੋਕੇਸ਼ਨ ਲਾ ਕੇ ਰੱਖੀਏ ਯਾਰ ਕਿਤੇ ਗਲਤ ਨਾ ਹੋਈ ਨਾ ਕਿਉਂਕਿ ਲੇਟ ਵੀ ਹੋਏ ਹਾਂ
ਉੱਤੇ ਹੋਰ ਸਾਈਡ ਨੂੰ ਨਿਕਲ ਜਾਈਏ ਆਪਾਂ ਜਾ ਕੇ ਕਸਟਮਰ ਦਾ ਲਾਉਂਦੇ ਹਾਂ ਸਮਾਨ ਫਿਰ ਆਪਾਂ ਹੈਗਾ ਉਹਨੂੰ ਪਤਾ ਜਾਂਦੇ ਹਾਂ ਸਾਨੂੰ ਉੱਥੇ 8 ਵਜੇ ਹਾਂ ਪਹੁੰਚਣਾ ਇਨਸ਼ਾਅੱਲਾ ਲਾ ਕੇ 9 ਵਜੇ ਵਾਪਸ ਆਪਾਂ ਪਤਾ ਨਹੀਂ ਕਿਹੜਾ ਇਲਾਕਾ ਆ ਗਿਆ ਇੱਥੋਂ ਹੀ ਲਾਈਟਾਂ ਬਲਦੀਆਂ ਪਈਆਂ ਇੱਥੇ ਪੂਰਾ ਹਰਾ ਭਰਾ ਹੀ ਕਰ ਚਲਿਆ ਕੰਮ ਹਾਂਜੀ ਜੀ ਬਾਬਾ ਜੀ ਲਾ ਗਿਆ ਆਪਾਂ ਕਸਟਮਰ ਦਾ ਇਹ ਸਮਾਨ ਹਜੇ 2 ਪੀਸ ਹੈ ਵੱਡੇ ਜਾਂ ਛੋਟੀਆਂ ਕੁਰਸੀਆਂ 'ਤੇ ਨਿਕਲ ਆਈਆਂ ਇਸ ਟਾਈਮ ਬਾਰਡਰ 'ਤੇ ਹਾਂ ਦੇਖ ਰਹੇ ਉਹ ਪਰਲੇ ਪਾਸੇ ਲਾਈਟਾਂ ਬਲਦੀਆਂ ਪਈਆਂ ਬਾਰਡਰ ਦੀਆਂ ਜੋਰਦਾਰ ਆਪਾਂ ਹੁਣ ਜਾ ਰਹੇ ਹਾਂ ਜੀ ਅਲ ਰਿਆਜ਼ ਇੱਥੋਂ ਠੀਕ ਹੈ ਜੀ।